ऐसा नाम निरंजन हो, ऐसा नाम निरंजन हो, ऐसा नाम सारे सज्जनों को माफी चाहते हुए
ਥੋੜੇ ਜਿਹੇ ਸਿੰਘਾਂ ਦੇ ਨਾਮ ਬੋਲਾਂਗੇ। ਸਰਦਾਰ ਸੰਤ ਸਿੰਘ ਜੀ ਪਾਤਸ਼ਾਹ ਉਹ ਵੀ ਸਾਡੇ ਦਰਮਿਆਨ ਹਾਜ਼ਰ ਨੇ, ਸਰਦਾਰ ਰਣਜੀਤ ਮਾਨ ਜੀ ਚੇਅਰਮੈਨ ਹਾਊਸ ਹੈਡ, ਬੀਬਾ ਕਰਮ ਰਾਜ ਜੀ MLA ਮੁਕਤਸਰ ਤੋਂ ਉਹ ਵੀ ਹਾਜ਼ਰੀ ਲਵਾ ਕੇ ਗਏ ਨੇ ਹੁਣੇ ਹੁਣੇ, ਵੇਸ਼ਿੰਦਰ ਸਿੰਘ ਜੀ MLA ਬਾਗਾ ਪੁਰਾਣਾ, ਵੇਸ਼ਿੰਦਰ ਸਿੰਘ ਜੀ MLA ਬਾਗਾ ਪੁਰਾਣਾ, ਜਗਜੀਤ ਸਿੰਘ ਜੀ ਬਰਾੜ ਸਾਬਕਾ MLA ਕੋਟਕਪੂਰਾ ਉਹ ਵੀ ਹੁਣੇ ਹੁਣੇ ਹਾਜ਼ਰੀ ਲਵਾ ਕੇ ਗਏ ਨੇ। ਸਰਦਾਰ ਜਗਤਾਰ ਸਿੰਘ ਜੀ ਰਾਜੇਆਣਾ ਜੋ ਕਿ ਪੰਜਾਬ ਦੇ ਜੰਗੋ ਫੱਟ ਦੇ ਚੇਅਰਮੈਨ ਨੇ ਉਹ ਵੀ ਸਾਡੇ ਦਰਮਿਆਨ ਹਾਜ਼ਰ ਨੇ, ਅਮਰਜੀਤ ਸਿੰਘ ਜੀ ਠੇਕੇਦਾਰ ਸਾਹਿਬ ਉਹ ਵੀ ਹਾਜ਼ਰ ਨੇ, ਅਜੀਤ ਸਿੰਘ ਜੀ ਜ਼ਿਲ੍ਹਾ ਮਾਰ ਉਹ ਵੀ ਹਾਜ਼ਰ ਨੇ, ਚਰਨਜੀਤ ਸਿੰਘ ਜੀ ਗੋਦਰ ਸਾਹਿਬ, ਸਰਦਾਰ ਗੁਰਪਿਆਰ ਸਿੰਘ ਜੀ ਬੱਲੋਂ ਸਾਹਿਬ, ਵੱਖ ਵੱਖ ਜ਼ਿਲ੍ਹਿਆਂ ਦੇ ਪਟਵਾਰ ਯੂਨੀਅਨ ਦੇ ਪ੍ਰਧਾਨ ਸਾਹਿਬ ਆਏ ਨੇ, ਵੱਖ ਵੱਖ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਮੋਗਾ ਫਰੀਦਕੋਟ ਅਤੇ ਫਿਰੋਜ਼ਪੁਰ ਦੇ ਜਿਹੜੇ ਭਾਈ ਗੁਰਮੇਲ ਸਿੰਘ ਹੋਰਾਂ ਦੇ ਸਹਿਪਾਠੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਟੇਟ ਸੈਕਟਰੀ ਸਾਹਿਬ ਨੇ ਦੱਸਿਆ ਕਿ ਇਸ ਪਰਿਵਾਰ ਨੇ ਇੱਕ ਪਿੰਡ ਦੇ ਵਿੱਚ ਜਨਮ ਲਿਆ, ਉਸ ਪਿੰਡ ਦੇ ਵਿੱਚ ਉੱਠ ਕੇ ਮਨੁੱਖਤਾ ਦੀ ਸੇਵਾ ਕਰਦੇ ਹੋਏ ਅੱਜ ਇਸ ਪਰਿਵਾਰ ਦੀ ਖੁਸ਼ਬੂ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਰੂਪੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਆਪਣੇ ਛੋਟੇ ਵੀਰ ਗੁਰਚਰਨ ਸਿੰਘ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹਾਂ। ਜਿੱਥੋਂ ਤੱਕ ਇਸ ਪਰਿਵਾਰ ਦੀ ਪਹਿਚਾਣ ਦਾ ਸਵਾਲ ਹੈ, ਸਮੁੱਚੇ ਪੰਜਾਬ ਦੇ ਵਿੱਚ ਇਹ ਪਰਿਵਾਰ ਆਪਣੀ ਜਾਨ ਪਹਿਚਾਣ ਦਾ ਮਤਾ ਨਹੀਂ ਲਿਖਿਆ ਨਾਨਕਾ ਸਦਾ ਸਦੇ ਉੱਠੀ ਜਮਾ ਵਾਹਿਗੁਰੂ ਸਾਹਿਬ। ਸਾਡੇ ਛੋਟੇ ਭਰਾ ਪਰੂ ਮਿੱਤਰ ਸਰਦਾਰ ਗੁਰਚਰਨ ਸਿੰਘ ਹੋਰੀ ਕੁਛ ਦਿਨ ਸਦੀਵੀ ਵਿਛੋੜਾ ਦੇ ਕੇ ਚਲੇ ਗਏ, ਪਰਿਵਾਰ ਦੇ ਮੈਂਬਰਾਂ ਨੇ ਰਿਸ਼ਤੇਦਾਰ ਸਾਖ ਸੰਬੰਧੀ ਦੋਸਤ ਮਿੱਤਰ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਾਥੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅਤੇ ਪਰਿਵਾਰ ਦਾ ਦੁੱਖ ਮਨਾਉਣ ਲਈ ਆ ਰਹੀ ਹੈ। ਸਾਡੇ ਵੱਡੇ ਵੀਰ ਭਾਈ ਗੁਰਚਰਨ ਜੀ ਜੋ ਗੁਰੂ ਮਹਾਰਾਜ ਨੇ ਇਸ ਦੁਨੀਆਂ ਵਿੱਚ ਉਹਨਾਂ ਨੂੰ ਸਵਾਸ ਦਿੱਤੇ, ਰਹਿਣ ਦਾ ਸਮਾਂ ਦਿੱਤਾ, ਉਹ ਇੱਥੋਂ ਹੋ ਕੇ ਚਲੇ ਗਏ। ਇੱਥੋਂ ਤੱਕ ਉਹਨਾਂ ਦੇ ਬਿਤਾਏ ਹੋਏ ਪਲ ਜੋ ਇਸ ਸੰਸਾਰ ਜੋ ਆਪਣੇ ਸਾਥੀਆਂ ਨਾਲ ਜਾਂ ਆਪਣੇ ਪਰਿਵਾਰ ਨਾਲ ਮੈਂ ਇੱਥੋਂ ਪਹਿਲਾਂ ਬੜੇ ਵਿਸਤਾਰ 'ਚ ਸਾਰਿਆਂ ਨੇ ਦੱਸਿਆ, ਉਹਨਾਂ ਦੇ ਸਾਰੇ ਭਰਾ ਮੈਂ ਇਹ ਸਮਝਦਾ ਵੀ ਉਸ ਅਕਾਲ ਪੁਰਖ ਦੀ ਕਿਰਪਾ ਹੈ ਕਿ ਅੱਜ ਕੱਲ੍ਹ ਅੱਜ ਦੇ ਸਮੇਂ ਵਿੱਚ ਨੌਕਰੀ ਦਾ ਇੱਕ ਅੱਧੇ ਨੂੰ ਮਸਾਂ ਛੋਟੇ ਵੀ ਗੁਰਚਰਨ ਸਿੰਘ ਜੀ ਨੂੰ ਉਹਨਾਂ ਦੇ ਅੰਤਮ ਅਦਾਲਤੇ ਚਾਹਤਾ ਅਤੇ ਸਰਕਾਰ ਭੇਟ ਕਰਨ ਦੇ ਲਈ ਇਕੱਤਰ ਹੋਏ ਗੁਰਬਾਣੀ ਦਾ ਪ੍ਰਮਾਣ ਜੋ ਆਇਆ ਉਸ ਚਰਨ ਸੇ ਸਭ ਕੋ ਆਏ ਵਾਰੀ ਆ। ਜੋ ਵੀ ਇਨਸਾਨ ਇਸ ਦੁਨੀਆ 'ਤੇ ਉਸ 'ਤੇ ਅਸੀਂ ਸਾਰੇ ਕਹਿੰਦੇ ਹਾਂ ਕਿ ਇਹਦਾ ਵਕਤ ਨਹੀਂ ਸੀ ਜਾਣਦਾ ਇਸ ਸਮੇਂ ਤੋਂ ਪਹਿਲਾਂ ਚਲਾ। ਸਾਡਾ ਛੋਟਾ ਵੀਰ ਜੋ ਬਹੁਤ ਹੀ ਮਿਲਣਸਾਰ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਆਉਣ ਵਾਲਾ ਇਸੇ ਤਰ੍ਹਾਂ ਸਮੇਂ ਤੋਂ ਪਹਿਲਾਂ ਸਾਡੇ ਕੋਲ ਚਲਾ ਗਿਆ। ਸਭ ਤੋਂ ਪਹਿਲਾਂ ਸਾਰਿਆਂ ਨੂੰ ਹੱਥ ਬੰਨ ਕੇ ਫਤਿਹ ਅਰਜ਼ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਰੰਗਲੇ ਸੱਜਣ ਹਾਥੀ ਵਰਗਾ ਸਰੀਰ, ਸ਼ੇਰ ਵਰਗਾ ਦਿਲ, ਚੀਤੇ ਵਰਗੀ ਦਹਾੜ, ਆ
तेरा
Thank you.
Thank you.
ਇਸ ਦਾਤੇ ਕਵਨ ਸਵਾਰ ਜੋ ਹੋਵੇ ਸਾਹਿਬ ਸੋ ਖਾਲਸਾ ਜੀ
ਜੀ ਅਰਦਾਸ ਹੈ ਕਿ ਸਮਸਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਕਿਆ ਹੈ ਜੀ ਕਿ ਅਮਨ ਖਾਲਸਾ ਸਭ ਸੁਖ ਹੋਵੇ ਜਾਨ ਜਮਨ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਲਿਆ ਬਖਸ਼ੋ ਜੀ ਆਪਣੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਮਵੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਹੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦੇ ਰਾਖਿਆ ਵਾਹਿਗੁਰੂ ਹੇ ਅਕਾਲ ਪੁਰਖ ਪਿਤਾ ਆਪਣੇ ਪੰਥ ਦੇ ਸਦਾ ਸਹਾਈ ਦਾ ਦਾਤ ਜੀਓ ਸਮੂਹ ਗੁਰਦੁਆਰਿਆਂ ਨੂੰ ਧਾਮਾਂ ਦੇ ਢੰਡੇ ਆਵੇ ਨਾਨਕਾ ਭਾਈ ਗੁਰਚਰਨ ਸਿੰਘ ਨੂੰ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦਿਆਂ ਹੋਇਆਂ ਇਸ ਜਗਤ ਤੋਂ ਅਕਾਲ ਚਲਾਣਾ ਕਰ ਗਏ ਸਨ ਦਾਤਾ ਜੀ ਉਹਨਾਂ ਦੇ ਸਮੇਤ ਉਹਨਾਂ ਦੇ ਸਮੂਹ ਪਰਿਵਾਰ ਦੀ ਤਰਫੋਂ ਆਪਣੇ ਗ੍ਰਹਿ ਵਿਖੇ ਆਪ ਜੀ ਦੀ ਪਵਿੱਤਰ ਬਾਣੀ ਦੇ ਸ਼੍ਰੀ ਅਖੰਡ ਦਾ ਪ੍ਰਸੰਗਾਂ ਹਾਜ਼ਰੀਆਂ ਲਾਉਣੀਆਂ ਤਿਰਮੁਲ ਭੇਟਾ ਕੀਤਾ ਪ੍ਰਵਾਨ ਕਰਨਾ ਦਾਤਾ ਜੀਓ ਆਪ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਤਿਹਾਵਲ ਦਰਾ ਪ੍ਰਸ਼ਾਦ ਜੀ ਦੇ ਸੱਚੇ ਹਾਜ਼ਰ ਹੈ ਦਰਸ਼ਨ ਵਰਤਾਉਣ ਦੀ ਆਗਿਆ ਹੋਵੇ ਕਿਰਪਾ ਕਰਨੀ ਦਾਤਾ ਜੀਓ ਪਿੱਛੇ ਹੋਈ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਵਾਹਿਗੁਰੂ ਸਾਹਿਬ ਜੀਓ ਅਮਰਜੀਤ ਸਿੰਘ ਜੀ ਠੇਕੇਦਾਰ ਸਾਹਿਬ ਉਹ ਵੀ ਹਾਜ਼ਰ ਨੇ ਅਜੀਤ ਸਿੰਘ ਜੀ ਨੀਲਾਮਾਰ
ਉਹ ਵੀ ਹਾਜ਼ਰ ਨੇ ਚਰਨਜੀਤ ਸਿੰਘ ਜੀ ਕੋਲਰ ਸਾਹਿਬ, ਸਰਦਾਰ ਗੁਰਪਿਆਰ ਸਿੰਘ ਜੀ ਮਿਲਣ ਸਾਹਿਬ, ਵੱਖ ਵੱਖ ਜ਼ਿਲ੍ਹਿਆਂ ਦੇ ਪਟਵਾਰ ਯੂਨੀਅਨ ਦੇ ਪ੍ਰਧਾਨ ਸਾਹਿਬ ਆਏ ਨੇ, ਵੱਖ ਵੱਖ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਮੋਗਾ, ਫਰੀਦਕੋਟ ਅਤੇ ਫਿਰੋਜ਼ਪੁਰ ਦੇ ਜਿਹੜੇ ਭਾਈ ਗੁਰਮੇਲ ਸਿੰਘ ਹੋਰਾਂ ਦੇ ਸਹਿਪਾਠੀ ਨੇ, ਉਹ ਸਾਰੇ ਜ਼ਿਲ੍ਹੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਟੇਜ ਸੈਕਟਰੀ ਸਾਹਿਬ ਨੇ ਦੱਸਿਆ ਕਿ ਇਸ ਪਰਿਵਾਰ ਨੇ ਇੱਕ ਪਿੰਡ ਦੇ ਵਿੱਚ ਜਨਮ ਲਿਆ, ਉਸ ਪਿੰਡ ਦੇ ਵਿੱਚ ਉੱਠ ਕੇ ਮਨੁੱਖਤਾ ਦੀ ਸੇਵਾ ਕਰਦੇ ਹੋਏ ਅੱਜ ਇਸ ਪਰਿਵਾਰ ਦੀ ਖੁਸ਼ਬੂ ਜਿਹੜੀ ਆ ਉਹ ਪੂਰੇ ਪੰਜਾਬ ਦੇ ਵਿੱਚ ਆ। ਇਹ ਲੋਕਾਂ ਦੀ ਸੇਵਾ ਕਰਦੇ ਨੇ, ਮਹਾਰਾਜ ਦੀ ਬਹੁਤ ਕਿਰਪਾ ਸੀ, ਪਰ ਕੁਦਰਤ ਦਾ ਭਾਣਾ ਜਿਹੜਾ ਉਹਨੂੰ ਟਾਲਿਆ ਨਹੀਂ ਜਾ ਸਕਦਾ। ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਆਪਾਂ ਸਾਰਿਆਂ ਨੂੰ ਮਨੁੱਖਤਾ ਦਾ ਜਨਮ ਮਿਲਿਆ ਵਾ, ਆਪਾਂ ਇਹ ਮਨੁੱਖਤਾ ਦੀ ਸੇਵਾ ਕਰੀਏ ਤਾਂ ਜੋ ਇਹ ਸਾਡੇ ਪਰਿਵਾਰ ਜਾਂ ਸਾਡਾ ਸਮਾਜ ਜਿਹੜਾ ਇਹ ਚੱਲਦਾ ਰਹੇ। ਇੰਨਾ ਹੀ ਮੈਂ ਆਪਣੇ ਵੱਲੋਂ ਰੈਵਨਿਊ ਪਰਿਵਾਰ ਯੂਨੀਅਨ ਵੱਲੋਂ ਇਸ ਆਪਣੇ ਵੱਡੇ ਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਵਾਂ ਅਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਵਾਂ ਕਿ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਈ। ਪਿੱਛੇ ਜਿਹੜਾ ਸਾਡਾ ਪਰਿਵਾਰ ਸਰਦਾਰ ਗੁਰਮੇਲ ਸਿੰਘ, ਭਗਵਾਨ ਸਿੰਘ ਅਤੇ ਭਾਈ ਸਾਡੇ ਗਿਆਨ ਸਿੰਘ ਜੀ ਜਿਹੜੇ ਨੇ ਉਹ ਇਸੇ ਤਰ੍ਹਾਂ ਹੀ ਮਨੁੱਖਤਾ ਦੀ ਸੇਵਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਜੀ। ਮੈਂ ਅਪੀਲ ਵੀ ਕਰਾਂਗਾ ਸਾਡੇ ਮੌਜੂਦਾ ਪ੍ਰਧਾਨ ਜਿਲ੍ਹੇ ਦੇ ਸਰਦਾਰ ਸ਼੍ਰੀ ਅੰਬਰਕਾਸ਼ ਜੀ, ਪ੍ਰਧਾਨ ਪੰਜਾਬ ਪਰਿਵਾਰ ਯੂਨੀਅਨ, ਉਹ ਵੀ ਦੋ ਮਿੰਟਾਂ ਵਾਸਤੇ ਪਰਿਵਾਰ ਨੂੰ ਦੁੱਖ ਸਾਂਝਾ ਕਰਨਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਰੂਪੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਆਪਣੇ ਛੋਟੇ ਵੀਰ ਗੁਰਚੰਦ ਸਿੰਘ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹਾਂ। ਜਿੱਥੋਂ ਤੱਕ ਇਸ ਪਰਿਵਾਰ ਦੀ ਪਹਿਚਾਣ ਦਾ ਸਵਾਲ ਹੈ, ਸਮੁੱਚੇ ਪੰਜਾਬ ਦੇ ਵਿੱਚ ਇਹ ਪਰਿਵਾਰ ਆਪਣੀ ਜਾਣ ਪਹਿਚਾਣ ਦਾ ਮਹਤਾਜ ਨੇ। ਵੱਡੇ ਵੀਰ ਗੁਰਮੇਲ ਸਿੰਘ ਜੀ ਪ੍ਰਧਾਨ ਨਾਇਬ ਜ਼ਿਲ੍ਹਾ, ਛੋਟੇ ਵੀਰ ਭਗਵਾਨ ਸਿੰਘ ਜੀ ਉਹ ਵੀ ਬਤਾਰ ਪਟਵਾਰੀ ਦੀ ਸੇਵਾ ਨਿਭਾ ਰਹੇ ਨੇ, ਔਰ ਗੁਰਚੰਦ ਸਿੰਘ ਜੀ ਮੇਰੇ ਆਪਣੇ ਤੁਸੀਂ ਕਿਸਮਾਂ ਦੇ ਤਹਿਸੀਲ ਪ੍ਰਧਾਨ ਸਨ। ਬਹੁਤ ਵੱਡਾ ਘਾਟਾ ਜਿੱਥੇ ਦੀ ਰੈਵਨਿਊ ਪਟਵਾਰੀ ਨੂੰ ਪੰਜਾਬ ਨੂੰ ਪਿਆ, ਉੱਥੇ ਪਰਿਵਾਰ ਨੂੰ ਪਿਆ। ਅੱਜ ਏਡਾ ਵੱਡਾ ਇਕੱਠ ਇਹ ਸਾਬਤ ਕਰਦਾ ਇਸ ਪਰਿਵਾਰ ਦਾ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਸਮਾਜ ਦੇ ਵਿੱਚ ਹੀ ਨਹੀਂ, ਰਾਜਨੀਤਿਕ ਖੇਤਰ ਦੇ ਵਿੱਚ ਵੀ ਇਹਨਾਂ ਦੀ ਆਪਣੀ। ਇਸ ਪਰਿਵਾਰ ਨੇ ਪਿੰਡ ਤੋਂ ਲੈ ਕੇ ਨਾਲ ਦੇ ਪਿੰਡਾਂ ਪਿੰਡ ਵਿੱਚ ਵੀ ਆਪਣੇ ਵੱਲੋਂ ਹਰ ਸਾਥੀ ਦੀ ਔਖੇ ਵੇਲੇ ਬਾਹ ਫੜੀ ਆ। ਜਥੇਦਾਰ ਜੀ ਦੱਸ ਰਹੇ ਨੇ ਕਿ ਰਾਜਨੀਤਿਕ ਪੱਧਰ ਤੱਕ ਵੀ ਇਸ ਪਰਿਵਾਰ ਦੀ ਸਰਕਾਰ ਤੱਕ ਪੂਰੀ ਪਹੁੰਚੇ, ਪਰ ਜੋ ਘਾਟਾ ਇਸ ਸਮੇਂ ਬਹੁਤ ਹੀ ਸਤਿਕਾਰਯੋਗ ਬਣੇ ਜੀ ਭਾਈ ਜੀ ਸੁਖਦੇਵ ਸਿੰਘ ਜੀ ਖੁਸਾ ਸਾਹਿਬ, ਉਹ ਵੀ ਸਾਡੇ ਦਰਮਿਆਨ ਹਾਜ਼ਰ ਨੇ, ਗੁਰਚੰਦ ਸਿੰਘ ਜੀ ਧਰਾਈਆ ਨਾਲ ਚੇਅਰਮੈਨ ਜੇ ਡੀ ਪੀ ਸਰਦਾਰ ਸੁਖਬੀਰ ਸਿੰਘ ਜੀ ਬਰਾੜ, ਤਹਿਸੀਲਦਾਰ ਗਿੱਦੜਵਾਹਾ, ਉਹ ਵੀ ਸਾਡੇ ਦਰਮਿਆਨ ਹਾਜ਼ਰ ਨੇ। ਮੈਂ ਬੇਨਤੀ ਕਰਾਂਗਾ ਕਿ ਦੋ ਮਿੰਟਾਂ ਲਈ ਸਰਦਾਰ ਸੰਤ ਸਿੰਘ ਜੀ ਬਰਾੜ ਸਾਹਿਬ ਉਹ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। ਬਰਾੜ ਸਾਹਿਬ ਜੁਗੋ ਜੁਗੇ ਅਟਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਪਾਵਨ ਅਤੇ ਪਵਿੱਤਰ ਹਾਜ਼ਰੀ ਵਿੱਚ ਅੱਜ ਦੇ ਅਤਿਅੰਤ ਸ਼ੋਕਮਈ ਸੰਗਤ ਵਿੱਚ ਵਿਰਾਜਮਾਨ ਗੁਰੂ ਰੂਪ ਸਾਹ ਸੰਗਤ, ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਦਿਆ ਦੇਵੀ ਲਿਖਿਆ ਕਿਹਾ ਹੁਕਮਾਏ ਕੱਲੇ ਆਵੇ ਨਾਨਕਾ ਸਦਾ ਸਦੇ ਉੱਠੀ ਦੈ ਜਮਾ ਵਾਹਿਗੁਰੂ ਸਾਹਿਬ ਸਾਡੇ ਛੋਟੇ ਭਰਾ ਪਰਮ ਮਿੱਤਰ ਸਰਦਾਰ ਗੁਰਚਰਨ ਸਿੰਘ ਹੋਰੀ ਕੁਛ ਦਿਨ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਪਰਿਵਾਰ ਦੇ ਮੈਂਬਰਾਂ ਨੇ ਰਿਸ਼ਤੇਦਾਰ ਸਾਕ ਸੰਬੰਧੀ ਦੋਸਤ ਮਿੱਤਰ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਾਥੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅਤੇ ਪਰਿਵਾਰ ਦਾ ਦੁੱਖ ਮਨਾਉਣ ਲਈ ਆ ਰਹੀ ਹੈ। ਗੁਆਂਢ ਮੱਥੇ ਦਾ ਪਿੰਡ ਹੈ ਜਦੋਂ ਦੀ ਸਭਣੀ ਇਸ ਪਰਿਵਾਰ ਨੇ ਨਾਲ ਨੇੜ ਦਾ ਵਾ ਅਤੇ ਇਸ ਪਰਿਵਾਰ ਨੇ ਜਿੱਥੇ ਪਿੰਡ ਤੋਂ ਉੱਠ ਕੇ ਪੜ੍ਹਾਈ ਕਰਕੇ ਅਤੇ ਚਾਰੇ ਭਾਈ ਬਹੁਤ ਕਾਬਲ ਰੈਵਨਿਊ ਅਫਸਰ ਬਣੇ ਹੈ, ਜਿੱਥੇ ਵੀ ਇਹ ਗਏ ਹੈ ਬਹੁਤ ਕਾਮਯਾਬੀ ਨਾਲ ਨੌਕਰੀ ਕੀਤੀ ਅਤੇ ਲੋਕਾਂ 'ਚ ਆਪਣਾ ਬਹੁਤ ਪਿਆਰ ਉਠਾਇਆ, ਜਿਸ ਦੀ ਅੱਜ ਇੱਕ ਮਿਸਾਲ ਹੈ ਜਿਹੜੇ ਪਿੰਡਾਂ ਘੱਟ ਹੈ। ਕੁਝ ਦਿਨ ਪਹਿਲਾਂ ਮੈਂ ਬਲਣਗੇ ਦੀ ਨਾ ਕਰਿਆ ਸੀ ਤਾਂ ਗੁਰਪਿਆਰ ਸਿੰਘ ਹੋਰੀ ਬੜੇ ਉਹਨਾਂ ਨੇ ਚੌਕੇ ਗੁਰਦਾਨ ਸਿੱਖ ਕੇ ਆਉਂਦਾ ਹੈ। ਇਸੇ ਤਰ੍ਹਾਂ ਹੀ ਸਾਡੇ ਵੱਡੇ ਵੀਰ ਭਾਈ ਗੁਰਚੰਦ ਜੀ ਜੋ ਗੁਰੂ ਮਹਾਰਾਜ ਨੇ ਇਸ ਦੁਨੀਆਂ ਵਿੱਚ ਉਹਨਾਂ ਨੂੰ ਸਵਾਸ ਦਿੱਤੇ ਰਹਿਣ ਦਾ ਸਮਾਂ ਦਿੱਤਾ ਉਹ ਇੱਥੋਂ ਹੋ ਕੇ ਚਲੇ ਗਏ। ਇੱਥੋਂ ਤੱਕ ਉਹਨਾਂ ਦੇ ਬਿਤਾਏ ਹੋਏ ਪਲ ਜੋ ਇਸ ਸੰਸਾਰ ਜੋ ਆਪਣੇ ਸਾਥੀਆਂ ਨਾਲ ਜਾਂ ਆਪਣੇ ਪਰਿਵਾਰ ਨਾਲ ਮੈਂ ਇੱਥੋਂ ਪਹਿਲਾਂ ਬੜੇ ਵਿਸਤਾਰ 'ਚ ਸਾਰਿਆਂ ਨੇ ਦੱਸਿਆ ਹੈ। ਉਹਨਾਂ ਦੇ ਸਾਰੇ ਭਰਾ ਮੈਂ ਸਮਝਦਾ ਵੀ ਉਸ ਅਕਾਲ ਪੁਰਖ ਦੀ ਕਿਰਪਾ ਵੀ ਅੱਜ ਕੱਲ੍ਹ ਅੱਜ ਦੇ ਸਮੇਂ ਵਿੱਚ ਨੌਕਰੀ ਤਾਂ ਇੱਕ ਅੱਧੇ ਨੂੰ ਮਸਾਂ ਮਿਲਦੀ ਆ, ਉਸ ਸੱਚੇ ਪਾਤਸ਼ਾਹ ਦੀ ਉਹ ਕਿਰਪਾ ਹੈ ਕਿ ਇਸ ਪਰਿਵਾਰ 'ਤੇ ਸਾਰਾ ਪਰਿਵਾਰ ਮੇਰੇ ਵੱਖ ਵੱਖ ਥਾਵਾਂ 'ਤੇ ਆਪਣੀ ਡਿਊਟੀ ਕਰ ਰਹੇ ਆ। ਉਸੇ ਤਰ੍ਹਾਂ ਉਹਨਾਂ ਦਾ ਬੇਟਾ ਜੋ ਕਿ ਪੰਜਾਬ ਪੁਲਿਸ ਵਿੱਚ ਪੁਲਿਸ ਦੀ ਵਿੱਚ ਰਹਿ ਕੇ ਸੇਵਾ ਕਰ ਰਿਹਾ। ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਇਸ ਪਰਿਵਾਰ 'ਤੇ ਬੜੀ ਪਰਮਾਤਮਾ ਦੀ ਕਿਰਪਾ ਹੈ, ਪਰ ਪਰਮਾਤਮਾ ਨੂੰ ਆਹ ਜਿਹੜਾ ਭਾਣਾ ਆਪਾਂ ਕਹਿ ਦਿੰਦੇ ਹਾਂ ਭਾਣਾ ਮੰਨਣਾ ਪੈਂਦਾ, ਪਰ ਹੈ ਬਹੁਤ ਔਖਾ ਕਿਉਂਕਿ ਕੋਈ ਸਮਾਂ ਨਹੀਂ ਸੀਗਾ, ਬਹੁਤ ਥੋੜ੍ਹਾ ਸਮਾਂ ਪਰਮਾਤਮਾ ਨੇ ਇਸ ਦੁਨੀਆਂ 'ਚ ਆਉਣ ਲਈ ਉਹਨਾਂ ਨੂੰ ਦਿੱਤਾ ਹੈ। ਸਰਦਾਰ ਫਤਿਹ ਸਿੰਘ ਜੀ ਸਾਹਿਬ ਆਏ ਆ, ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ 2 ਮਿੰਟ ਹਾਜ਼ਰੀ ਗਵਾਉਣ ਉਸਾ ਚੱਕਰ। ਬਹੁਤ ਪਾਵਨ ਔਰ ਪਵਿੱਤਰ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਪਾਵਨ ਔਰ ਪਵਿੱਤਰ ਅਜੋਕੇ ਸਮਾਜਮਾਨ ਸਤਿਕਾਰ ਯੋਗ ਸਾਧ ਸੰਗਤ ਜੀ, ਫਤਿਹ ਦੀ ਸਾਂਝ ਕਰੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਛੋਟੇ ਵੀਰ ਗੁਰਚੰਦ ਸਿੰਘ ਜੀ ਉਹਨਾਂ ਦੇ ਅੰਤਰ ਅਦਾਲਤ 'ਤੇ ਚਾਦਾ ਅਤੇ ਸਤਿਕਾਰ ਭੇਟ ਕਰਨ ਦੇ ਲਈ ਇਕੱਤਰ ਹੋਏ। ਗੁਰਬਾਣੀ ਦਾ ਪ੍ਰਵਾਨ ਜੋ ਆਇਆ ਸੋ ਚਲ ਸੇ ਸਭ ਕੋ ਆਏ ਵਾਰੀ ਜਾ, ਜੋ ਵੀ ਇਨਸਾਨ ਇਸ ਦੁਨੀਆਂ 'ਤੇ ਆਇਆ। ਸਤਿਕਾਰ ਯੋਗ ਸਾਧ ਸੰਗਤ ਜੀ, ਇਤਿਹਾਸ ਦੇ ਅੰਦਰ ਮੌਤ ਦਾ ਬਹੁਤ ਤਰ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ। ਇੱਕ ਵਿਅਕਤੀ ਮੌਤ ਹੈ, ਇੱਕ ਬੇਵਕਤੀ ਮੌਤ, ਦੋ ਤਰ੍ਹਾਂ ਦਾ ਜ਼ਿਕਰ ਹੋਇਆ ਇਤਿਹਾਸ ਦੇ। ਵਿਅਕਤੀ ਮੌਤ ਜਦੋਂ ਆਦਮੀ ਆਪਣੀਆਂ ਸਮਾਜਿਕ ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਕਰਕੇ ਉੱਥੇ ਜਾਂਦਾ ਹੈ, ਉਸ ਨਾਲ ਅਸੀਂ ਸਹਿਮਤੀ ਦੇ ਦਿੰਦੇ ਹਾਂ ਕਿ ਇਹਦਾ ਵਕਤ ਪੂਰਾ ਹੋ ਗਿਆ, ਅਸੀਂ ਨੇ ਜਾਣਾ। ਔਰ ਜਦੋਂ ਅਜੇ ਸਮਾਜਿਕ ਔਰ ਪਰਿਵਾਰਕ ਜ਼ਿੰਮੇਵਾਰੀਆਂ ਵਿਚਕਾਰ ਛੱਡ ਕੇ ਕੋਈ ਸਾਥੀ ਸਮੇਂ ਤੋਂ ਪਹਿਲਾਂ ਸਾਡੇ ਤੋਂ ਚਲਾ ਜਾਂਦਾ ਹੈ, ਉਸ 'ਤੇ ਅਸੀਂ ਸਾਰੇ ਕਹਿੰਦੇ ਹਾਂ ਕਿ ਅਜੇ ਦਾ ਵਕਤ ਨਹੀਂ ਸੀ ਆਉਂਦਾ, ਇਹ ਸਮੇਂ ਤੋਂ ਪਹਿਲਾਂ ਚਲਾ। ਸਾਡਾ ਇਹ ਛੋਟਾ ਵੀਰ ਜੋ ਬਹੁਤ ਹੀ ਮਿਲਣਸਾਰ, ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਆਉਣ ਵਾਲਾ, ਇਸੇ ਤਰ੍ਹਾਂ ਸਮੇਂ ਤੋਂ ਪਹਿਲਾਂ ਸਾਡੇ ਕੋਲ ਚਲਾ ਗਿਆ। ਪਾਵਨ ਤੇ ਪਵਿੱਤਰ ਨਿੱਘੀ ਗੋਦ ਦੇ ਵਿੱਚ ਰਾਜਮਾਨ ਦੂਰੋਂ, ਸਭ ਤੋਂ ਪਹਿਲਾਂ ਸਾਰਿਆਂ ਨੂੰ ਹੱਥ ਬੰਨ ਕੇ ਫਤਿਹ ਅਰਜ਼ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਰੰਗਲੇ ਸੱਜਣ, ਹਾਥੀ ਵਰਗਾ ਸਰੀਰ, ਸ਼ੇਰ ਵਰਗਾ ਦਿਲ, ਚੀਤੇ ਵਰਗੀ ਦਹਾੜ,
एक भयानक बीमारी ने साढ़े एडे साढ़े छे फुट जवान भरा मरोड़ के मंजे दे विच पालिया। लख यतना के बावजूद, लख सेवा के बावजूद, लख डॉक्टरी इलाज के बावजूद, सारिया की हिम्मत के बावजूद उस मौत रूपी बाज तो सारे परिवार ने जोर ला लिया, छुड़वा नहीं पाई। मौत जित गई ते असी सारा परिवार हार गया। साडा वीर गुरचंद एक परमात्मा की बख्शिश होती है, आयु दे विच अपने शरीर को छड़ के गए, परमात्मा नूं